ਮਰਹੂਮ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਜਿੱਥੇ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਲਗਾਤਾਰ ਵਿਗੜ ਰਹੇ ਨੇ ਉੱਥੇ ਹੀ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿੱਚ ਭਾਰਤ ਦੇ ਅਮਰੀਕਾ ਨਾਲ ਵੀ ਸਬੰਧ ਤਲਖ ਹੋ ਸਕਦੇ ਨੇ 6 for Justice ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਖਿਲਾਫ ਵਾਰਦਾਤ ਦੇ ਮਾਮਲੇ ਦੇ ਵਿੱਚ ਡਿਪਟੀ ਕੌਮੀ ਸੁਰੱਖਿਆ ਸਲਾਹਕਾਰ ਦੀ ਸ਼ਮੂਲੀਅਤ ਵਾਲੀ ਭਾਰਤੀ ਜਾਂਚ ਕਮੇਟੀ ਕੁਝ ਵਿਅਕਤੀ ਵਿਸ਼ੇਸ਼ ਦੀਆਂ ਸਰਗਰਮੀਆਂ ਦੀ ਪੜਤਾਲ ਦੇ ਲਈ ਇਸ ਵਕਤ ਵਾਸ਼ਿੰਗਟਨ ਡੀਸੀ ਦੇ ਵਿੱਚ ਹੈ ਕਮੇਟੀ ਨੇ ਵਿਦੇਸ਼ ਵਿਭਾਗ ਤੇ ਨਿਆ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਅਮਰੀਕਾ ਦੇ ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦਾ ਦਾਵਾ ਵੀ ਕੀਤਾ ਹੈ ਇਸ ਦਰਮਿਆਨ ਅਮਰੀਕੀ ਵਿਦੇਸ਼ੀ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਦੱਸਿਆ ਕਿ ਸਾਡੇ ਕੋਲ ਮੀਟਿੰਗ ਬਾਰੇ ਬਹੁਤੀ ਤਫਸੀਲ ਨਹੀਂ ਹੈ ਇਹ ਮੀਟਿੰਗ ਭਾਰਤ ਸਰਕਾਰ ਦੇ ਸਿਖਰਲੇ ਪੱਧਰ ਦੇ ਅਧਿਕਾਰੀਆਂ ਨਾਲ ਪਿਛਲੇ ਕਈ ਮਹੀਨਿਆਂ ਤੋਂ جاری ਗੱਲਬਾਤ ਦਾ ਹੀ ਫਾਲੋਅ ਅਪ ਸੀ ਕਹਿੰਦੇ ਨਿਆ ਵਿਭਾਗ ਦੀ ਜਾਂਚ ਵਿੱਚ ਭਾਰਤ ਸਰਕਾਰ ਦੇ ਇਸ ਮੁਲਾਜ਼ਮ ਨੂੰ CC1 ਵੱਜੋਂ ਸੂਚੀਬੰਦ ਕੀਤਾ ਗਿਆ ਸੀ ਸੂਤਰਾਂ ਨੇ ਦੱਸਿਆ ਕਿ CC1 ਇੱਕ ਪੁਲਿਸ ਅਧਿਕਾਰੀ ਹੈ ਜੋ ਉੱਤਰੀ ਅਮਰੀਕਾ ਵਿੱਚ ਤਾਇਨਾਤ ਸੀ ਤੇ ਹੁਣ ਭਾਰਤ ਵਿੱਚ ਪੋਸਟਡ ਹੈ ਅਮਰੀਕੀ ਨਿਆ ਵਿਭਾਗ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨੂੰ ਸੂਚਿਤ ਕਰ ਦਿੱਤਾ ਹੈ ਕੇ ਸਾਫ ਦਾ ਸਰਕਾਰੀ ਮੁਲਾਜ਼ਮ ਨਾਲ ਜੁੜਦਿਆਂ ਹੋਰਨਾਂ ਕੜੀਆਂ ਦੀ ਜਾਂਚ ਲਈ ਉਹ ਕੋਸ਼ਿਸ਼ਾਂ ਕਰ ਰਹੇ ਨੇ ਲੋੜ ਮੁਤਾਬਕ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਊਗਾ ਯਾਨੀ ਕਿ ਸਿੱਧੀ ਸਿੱਧੀ ਖਬਰ ਇਹ ਹੈ ਅਮਰੀਕਾ ਨੇ ਭਾਰਤ ਨੂੰ ਆਪਣੇ ਅਧਿਕਾਰੀ ਖਿਲਾਫ ਕਾਰਵਾਈ ਲਈ ਕਿਹਾ ਹੈ ਤੇ ਭਾਰਤ ਨੇ ਵੀ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦਾ ਦਾਵਾ ਕੀਤਾ ਹੈ ਡਿਪਟੀ ਐਨਐਸਏ ਦੀ ਸ਼ਮੂਲੀਅਤ ਵਾਲੀ ਟੀਮ ਅਮਰੀਕਾ ਜਾ ਕੇ ਵਿਦੇਸ਼ ਤੇ ਨਿਆਂ ਵਿਭਾਗ ਨਾਲ ਬੈਠਕਾਂ ਕਰ ਰਹੀ ਹੈ ਗੁਰਪਤਵੰਦ ਸਿੰਘ ਪੰਨੂ ਵਾਲੇ ਪੂਰੇ ਮਾਮਲੇ ਦੇ ਵਿੱਚ ਨਿਊਯਾਰਕ ਦੀ ਅਮਰੀਕੀ ਜ਼ਿਲ੍ਹਾ ਕੋਰਟ ਨੇ ਭਾਰਤ ਸਰਕਾਰ ਸਮੇਤ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਦੇ ਸਾਬਕਾ ਮੁਖੀ ਸਾਮੰਤ ਗੋਇਲ ਰਾਦੇ ਵਿਕਰਮ ਯਾਦਵ ਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਨੂੰ ਸੱਮਨ ਭੇਜੇ ਗਏ ਸਨ ਇਹਦੇ ਵਿੱਚ ਨਿਖਿਲ ਗੁਪਤਾ ਨੂੰ ਮੁੱਖ ਮਲਜ਼ਮ ਮੰਨਿਆ ਗਿਆ ਹੈ ਹਾਲਾਂਕਿ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਉਦੋਂ ਜੇ ਕੈਨੇਡਾ ਦੇ ਵੱਲੋਂ ਭਾਰਤ 'ਤੇ ਲਾਏ ਇਲਜ਼ਾਮਾਂ ਦੀ ਗੱਲ ਕਰ ਲਈਏ ਤਾਂ ਅਮਰੀਕਾ ਤੋਂ ਬਾਅਦ ਯੂਕੇ ਅਤੇ ਆਸਟ੍ਰੇਲੀਆ ਵੀ ਕੈਨੇਡਾ ਦੇ ਹੱਕ ਵਿੱਚ ਖੜੇ ਹੋਏ ਹਨ ਯੂਕੇ ਨੇ ਕਿਹਾ ਕਿ ਉਸ ਨੂੰ ਕੈਨੇਡਾ ਦੇ ਨਿਆਂਕ ਪ੍ਰਬੰਧ ਵਿੱਚ ਪੂਰਾ ਯਕੀਨ ਹੈ ਗੰਭੀਰ ਦੋਸ਼ਾਂ ਨੂੰ ਲੈ ਕੇ ਕੈਨੇਡਾ ਦੇ ਕਾਨੂੰਨੀ ਅਮਲ ਵਿੱਚ ਭਾਰਤ ਸਰਕਾਰ ਵੱਲੋਂ ਸਹਿਯੋਗ ਸਹੀ ਦਿਸ਼ਾਂ ਦੇ ਵਿੱਚ ਅਗਲਾ ਕਦਮ ਹੈ ਯਾਨੀ ਕਿ ਯੂਕੇ ਦੀ ਸਰਕਾਰ ਨੇ ਵੀ ਭਾਰਤ ਸਰਕਾਰ ਨੂੰ ਕੈਨੇਡਾ ਵੱਲੋਂ ਲਾਏ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ ਅਮਰੀਕੀ ਵਿਦੇਸ਼ੀ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਵੀ ਕਿਹਾ ਕਿ ਭਾਰਤ ਨੂੰ ਕੈਨੇਡਾ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਵਿੱਚ ਸਹਿਯੋਗ ਕਰਨੀ ਚਾਹੀਦੀ ਹੈ ਇਸ ਮਸਲੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਵਿਰੋਧੀ ਪਾਰਟੀ ਕਨਜ਼ਰਵੇਟਿਵ ਦੇ ਵੀ ਮੌਜੂਦਾ ਅਤੇ ਕੁਝ ਸਾਬਕਾ ਸਿਆਸਤਦਾਨਾਂ ਤੇ ਇਲਜ਼ਾਮ ਲਾਏ ਹਨ ਜਸਟਿਨ ਟਰੂਡੋ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਦਾਵਾ ਕੀਤਾ ਕਿ ਪੜਤਾਲ ਦੇ ਵਿੱਚ ਇਹ ਵੀ ਸਾਬਤ ਹੋਇਆ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਵਿੱਚ ਕਨਜ਼ਰਵੇਟਿਵ ਪਾਰਟੀ ਦੇ ਕਈ ਸੰਸਦ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਵੀ ਸ਼ਾਮਲ ਹਨ because i am prime minister and privy to all these informations i have the names Of a number of parliamentarians, former parliamentarians, and/or candidates in the Conservative Party of Canada, who uh, are engaged or at high risk of, or for whom there is clear intelligence around foreign interference, and I have directed Csis and others to try and. Inform the Conservative Party leader to um, be warned and armed to be able to make decisions that protect the integrity of that party, of its members, from attempts at foreign act activities around foreign interference. And the decision by the leader of the Conservative Party to not. get those classified briefings means that nobody in his party not him um and, and nobody in a position of power knows the names of these individuals and can take appropriate action trudeau de es bade ilzam to baad conservative party de leader te canada di parliament de vich viruddhi tir de leader ਪਾਇਰੀ ਪੋਲੀਵਰ ਨੇ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਜੇ ਤੁਹਾਡੇ ਕੋਲ ਉਹਨਾਂ ਲੀਡਰਾਂ ਦੇ ਨਾਮ ਹਨ ਤਾਂ ਉਹਨਾਂ ਨੂੰ ਜਨਤ ਕਰੋ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਜਸਟਿਨ ਟਰੂਡੋ ਦੇ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਾਇਰੀ ਪੋਲੀਵਰ ਨੂੰ ਕੇਰਿਆ ਹੈ ਸੁਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਜਿੱਥੇ ਵੀਜ਼ੇ ਪ੍ਰਭਾਵਿਤ ਹੋ ਸਕਦੇ ਨੇ ਉੱਥੇ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਦੋਵਾਂ ਮੁਲਕਾਂ ਦੇ ਵਪਾਰੀਆਂ ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਵਪਾਰਿਕ ਆંકੜਿਆਂ ਮੁਤਾਬਕ ਦੋਵਾਂ ਮੁਲਕਾਂ ਵਿਚਾਲੇ ਵਪਾਰ ਵਿੱਚ ਹਰ ਸਾਲ ਤਿੰਨ ਤੋਂ 5 ਫੀਸਦੀ ਦਾ ਵਾਧਾ ਹੁੰਦਾ ਪਰ ਪਿਛਲੇ ਸਾਲ ਇਸ ਵਿੱਚ 1.5 ਫੀਸਦੀ ਦਾ ਖੋਰਾ ਲੱਗਿਆ ਹੈ। ਭਾਰਤ ਕੈਨੇਡਾ ਤੋਂ ਕੋਲਾ, ਦਾਲਾਂ, ਤਾਰਾ ਮੀਰਾ ਤੇਲ ਮੰਗਵਾਉਂਦਾ ਹੈ ਤੇ ਇਸ ਦੇ ਬਦਲੇ ਮਸਾਲੇ, ਗਹਿਣੇ, ਕੱਪੜੇ, ਪੋਟਾਸ਼ ਖਾ ਤੇ ਆਟੋਮੋਬਾਈਲ ਪੁਰਜ਼ੇ ਕੈਨੇਡਾ ਭੇਜਦਾ ਹੈ। ਐਤਕੀ ਕੱਪੜਾ ਵਪਾਰੀਆਂ ਨੂੰ ਵੀ ਡਰ ਸਤਾਉਣ ਲੱਗਿਆ ਹੈ ਕਿ ਸ਼ਾਇਦ ਇਸ ਵਾਰੀ ਬਹੁਤੇ ਪ੍ਰਵਾਸੀ ਭਾਰਤ ਨਾ ਆਉਣ। ਕਿਉਂਕਿ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਕੈਨੇਡਾ 'ਚ ਵਸੇ ਲੋਕ ਪੰਜਾਬ ਆਕੇ ਮੋਟੀ ਖਰੀਦਦਾਰੀ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੱਪੜਿਆਂ ਦੀ ਖਰੀਦਦਾਰੀ ਮੁੱਖ ਹੁੰਦੀ ਹੈ